ਫਾਈਨਲ ਦੀ ਪਹਿਲੀ ਰੇਡ ਲਵੀ ਰਾਜੂ ਨਾ ਪਹਿਲੀ ਰੇਡ ਬੱਲੇ ਬੱਲੇ ਹੋਈ ਪਈ ਆ ਮੇਰੇ ਵੀਰੇ ਆ ਬੱਗੂ ਵਾਲੀ ਵਾਲੇ ਕਹਿੰਦੇ ਚਾਰ ਜਾਂ ਫਿਰ ਕਹਿੰਦੇ ਤਿਆਰ ਤੇ ਪ੍ਰਤਿਆਰ ਉਧਰਲੇ ਪਾਸੇ ਨੰਬਰ ਜਿਹੜਾ ਰੇਡਰ ਦੇ ਖਾਤੇ ਵਿੱਚ ਜੁੜਦਾ ਹੋਇਆ ਲਓ ਪੈਂਦੀ ਕਬੱਡੀ ਤੇ ਚੱਕ ਮੈਗ ਭੂੰਦੜਾ ਲਿਆ ਲਓ ਸਾਹਮਣੇ ਫੋਲਡ ਵਾਲਾ ਬਾਬਲੀ ਕਹਿੰਦੇ ਜਿੱਥੇ 3 ਅਪ੍ਰੈਲ ਨੂੰ ਮੇਲਾ ਖੇਡਿਆ ਜਾਵੇਗਾ ਮੇਰਾ ਵੀਰ ਉਧਰ ਟੱਚ ਤੁਸੀਂ ਕੋਚ ਸਾਹਿਬ ਪੁੱਛੋ ਕਿਹੜੇ ਨੌਜਵਾਨ ਹੋਇਆ ਰੇਡ ਪਾ ਕੇ ਖੀਵੇ ਵਾਲਾ ਜਾਦੂ ਆ ਗਿਆ ਖੁਸ਼ੀ ਨੂੰ ਟੱਚ ਲੱਗਿਆ ਰੇਡ ਪਾਉਣ ਲਈ ਕਹਿੰਦੇ ਫੋਲਡ ਪਿੰਡ ਦਾ ਬਾਬਲੀ ਵਧਿਆ ਹੋਇਆ ਫਾਈਨਲ ਖੇਡਿਆ ਜਾ ਰਿਹਾ ਲੈ ਵੀ ਸੀਪਿਆ ਜੇ ਅੱਜ ਨਾ ਗੱਲਾਂ ਟਿਕਾਣੇ ਲਾਈਆਂ ਫਿਰ ਲਾਏਗਾ ਕਦੋਂ ਲਓ ਪੈਂਦੀ ਰੇਡ ਦੇ ਉੱਪਰ ਕਹਿੰਦੇ ਆਹ ਮੁੰਡੇ ਦਾ ਸਨਮਾਨ 21,000 ਦੀ ਨਗਦ ਰਾਸ਼ੀ ਦੇ ਨਾਲ ਕੀਤਾ ਤੇ ਨੰਬਰ ਕਹਿੰਦੇ ਫੋਲਡ ਵਾਲੇ ਬਾਬਲੀ ਨੇ ਜੋੜ ਦਿੱਤਾ ਸਰਦੂਲੇ ਵਾਲੀਆ ਕੁਲਦੀਪ ਲਵੀ ਰਾਜੂ ਆ ਗਿਆ ਸਰਦੂਲੇ ਵਾਲੀਆ ਕਰਦੀਪ ਕੁਲਦੀਪ ਮੇਰੇ ਵੀਰੇ ਸਰਦੂਲੇ ਵਾਲੀਆ ਕੁਲਦੀਪ ਕਹਿੰਦੇ ਸਰਦੂਲਗੜ੍ਹ ਦਾ ਇਲਾਕਾ ਹੈ ਉਧਰਲੇ ਪਾਸੇ ਪਾਈ ਹੋਈ ਕਬੱਡੀ ਹੈ ਅੱਗੇ ਰੱਤੇ ਥੇ ਵਾਲੇ ਕਹਿੰਦੇ ਵੀ ਜਾਫੀ ਜਿਹੜੇ ਤਿਆਰ ਪ੍ਰਤਿਆਰ ਹੈ ਆਓ ਦੇਖਦੇ ਹਾਂ ਪੈਂਦੀ ਹੋਈ ਰੇਡ ਕੌਡੀ ਦੇ ਮੈਦਾਨ ਅੰਦਰ ਆਓ ਦੇਖ ਰਹੇ ਉਧਰਲੇ ਪਾਸੇ ਨੰਬਰ ਰੇਡਰ ਦੇ ਖਾਤੇ ਵਿੱਚ ਜੁੜਦਾ ਹੋਇਆ ਸਰਦੂਲੇ ਵਾਲੇ ਕੁਲਦੀਪ ਆਪਣੀ ਟੀਮ ਦੇ ਖਾਤੇ ਸ਼ਾਨਦਾਰ ਅੰਕ ਦਾ ਵਾਧਾ ਕਰਦਾ ਹੋਇਆ ਲਓ ਸਾਹਮਣੇ ਰੇਡ ਪਾਉਣ ਲਈ ਫੇਰ ਖੇਡਦੇ ਮੈਦਾਨ ਵਿੱਚ ਕਹਿੰਦੇ ਵਿੱਕੀ ਭਾਗਲ ਵਾਲਾ ਕੋਸਾ ਪ੍ਰਦੀਪ ਜੀ ਇਸ ਵੇਲੇ ਵਧਿਆ ਹੋਇਆ ਤੇ ਸਾਹਮਣੇ ਸੀਪੇ ਨੂੰ ਟੱਚ ਕੀਤਾ ਤੇ ਨੰਬਰ ਕਹਿੰਦੇ ਵਿੱਕੀ ਭਾਗਲ ਵਾਲਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਆ ਕਹਿੰਦੇ ਜਦੋਂ ਮੇਜਰ ਲੀਗ ਥਾਂ ਦੇ ਵਿੱਚ ਖੇਡੇਗੀ ਕਪੂਰਥਲੇ ਦੇ ਵਿੱਚ ਤੇ ਸੈਂਟਰ ਦੇ ਵਿੱਚ ਕਹਿੰਦੇ ਮੁੰਡਾ ਬੈਟ ਟ੍ਰੇਨਰ ਬਣ ਕੇ 25,000 ਜਿੱਤ ਗਿਆ ਇਹ ਖੀਵੇ ਵਾਲਾ ਲੱਭੂ ਦਾ ਵੀਰ ਜਾਦੂ ਰੇਡ ਪਾਉਣ ਲਈ ਵਧਿਆ ਹੋਇਆ ਚਾਰ ਜਾਫੀ ਮੰਨੇ ਪਰਮੰਨੇ ਹੈ ਮੁੰਡੇ ਚਜੂਏ ਵਰਗੇ ਹੁਣ ਚਾਰਾਂ ਵਿੱਚੋਂ ਕੌਣ ਇਸ ਵੇਲੇ ਘਰਾਊ ਬੱਲੇ ਬੱਲੇ ਇੱਕ ਪਾਸੇ ਕਹਿੰਦੇ ਖੁਸ਼ੀ ਪਸ਼ੂ ਨੇ ਪਿੰਡ ਦਾ ਕਰਦਾ ਟਰਾਈ ਆਓ ਪਰ ਨੰਬਰ ਖੀਵੇ ਵਾਲੇ ਜਾਦੂ ਨੇ ਤਕੜਾ ਜੋੜ ਦਿੱਤਾ ਹੈ ਰਾਜੂ ਆ ਬਬਲੀ ਫੋਲਡ ਵਾਲਾ ਆ ਗਿਆ ਸੋਹਣਾ ਬਬਲੀ ਆ ਗਿਆ ਮੇਰੇ ਵੀਰੇ ਬਬਲੀ ਆ ਗਿਆ ਫਾਈਨਲ ਮੁਕਾਬਲਾ ਕਹਿੰਦੇ ਖੇਡਿਆ ਜਾ ਰਿਹਾ ਆਓ ਬਬਲੀ ਕਹਿੰਦੇ ਫੋਲਡ ਵਾਲਾ ਅੱਗੇ ਵੱਲ ਵਾਧਾ ਹੋਇਆ ਆਓ ਕਹਿੰਦੇ ਚਾਰ ਜਾਫੀ ਮੁੰਡੇ ਪੱਟਾਂ ਤੇ ਥਾਪੀਆਂ ਮਾਰਦੇ ਆ ਆ ਸੀਪਾ ਸੀਪਾ ਬੱਗੂ ਵਾਲੀਆ ਆਰ ਨੰਬਰ ਜਿਹੜਾ ਰੇਡਰ ਦੇ ਖਾਤੇ ਵਿੱਚ ਜੁੜਦਾ ਹੋਇਆ ਚੱਲ ਕੁਲਦੀਪ ਸਿਆ ਪਾ ਕਬੱਡੀ ਨੌਜਵਾਨਾਂ ਕੁੰਡੀਆਂ ਦੇ ਸਿੱਖ ਹੈ ਦੋਨਾਂ ਟੀਮਾਂ ਦੇ ਦਰਮਿਆਨ ਫਾਈਨਲ ਮੁਕਾਬਲਾ ਕਹਿੰਦੇ ਖੇਡਿਆ ਜਾ ਰਿਹਾ ਹੈ ਚੱਲ ਵੀ ਗੱਭਰੂ ਆਪਾਂ ਕਬੱਡੀ ਨੌਜਵਾਨਾਂ ਲਓ ਕੁਲਵਿੰਦਰ ਹੈ ਇੱਕ ਅੰਨੀ ਤੇ ਕਹਿੰਦੇ ਵੀ ਕੁਲਵਿੰਦਰ ਅਤੇ ਥੇ ਵਾਲਾ ਆਰ ਮੇਰਾ ਹੂਟਰ ਵਾਲਾ ਵੀਰ ਥੋੜੀ ਜਿਹੀ ਆਵਾਜ਼ ਖੋਲ ਦੋ ਜੀ ਹੈਲੋ ਗੁਰਚਰਨ ਜੀ ਥੋੜੀ ਆਵਾਜ਼ ਖੋਲਦੀ ਮੇਰਾ ਵੀਰ ਲਓ ਸਦੋਲੇ ਵਾਲੇ ਪਿੰਡ ਦਾ ਕੁਲਦੀਪ ਕਹਿੰਦੇ ਫਾਈਨਲ ਦੀ ਰੇਡ ਪਾਉਣ ਲਈ ਫੇਰ ਖੇਡਦੇ ਮੈਦਾਨ ਵਿੱਚ ਤਿਆਰ ਬਰ ਤਿਆਰ ਹੈ ਤੇ ਜਾਫੀ ਚਾਰ ਖੁਸ਼ੀ ਵਰਗੇ ਔਰ ਕਹਿੰਦੇ ਨਾਲ ਸਰੀਆ ਤੇ ਨਾਲ ਜੰਜੂਆ ਇੱਕ ਕੰਨੀ ਤੇ ਕਹਿੰਦੇ ਕੁਲਵਿੰਦਰ ਹੈ ਮੁੰਡਾ ਔਲਖ ਪਰਿਵਾਰ ਦਾ ਨੁਕਰੇ ਵਿਸ਼ੇਰਿਆਂ ਦਾ ਜੇਤੂ ਹੈ ਆਓ ਸਾਹਮਣੇ ਸਦੋਲੇ ਵਾਲੀਆਂ ਤਿਆਰ ਬਰ ਤਿਆਰ ਹੈ ਚਲੋ ਇਹ ਕੁਲਦੀਪ ਸਿਆ ਪਾਓ ਗੱਭਰੂਆ ਰੇਡ ਅੱਜ ਕਹਿੰਦੇ 11,000 ਰੁਪਇਆ ਕੌਣ ਜਿੱਤ ਕੇ ਜਾਵੇਗਾ 10,000 ਤੇ ਬੈਠ ਜਾਫੀ ਦੇ ਲਈ ਕਹਿੰਦੇ 11,000 11,000 ਕਹਿੰਦੇ ਦਿੱਤੇ ਜਾ ਰਹੇ ਹੈ ਲਓ ਪੈਂਦੀ ਆ ਕਬੱਡੀ ਇਸ ਵੇਲੇ ਕਹਿੰਦੇ ਕੌਡੀ ਦੇ ਮੈਦਾਨ ਅੰਦਰ ਫਾਈਨਲ ਮੁਕਾਬਲਾ ਉਧਰਲੇ ਪਾਸੇ ਕੁਲਵਿੰਦਰ ਬੱਲੇ 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 ਕਬੱਡੀ 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 ਬੱਲੇ 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 ਆਓ ਲੱਗਦਾ ਜ਼ੋਰ ਕੁਲਵਿੰਦਰ ਏ ਵਾਹ 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 ਲੱਗਦਾ ਵਾਹ ਜੀ ਵਾਹ ਫਾਈਨਲ ਮੁਕਾਬਲਾ ਕੁੰਡੀਆਂ ਦੇ ਸਿੰਘ ਹੈ ਇੱਕ ਵਾਰ ਤਾੜੀ 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 ਦੋਨਾਂ ਟੀਮਾਂ ਦੇ ਨਾਂ ਦੀ ਤਾੜੀਆਂ ਵੱਜੀਆਂ ਝੰਡੇ ਵਾਲਿਆ ਰਾਜੂਆ ਤਾੜੀਆਂ ਵੱਜੀਆਂ ਹਾਂ ਮੇਰਾ ਵੀਰ
ਇੱਥੇ ਨਾ ਹੁਣ ਮਸ਼ਹੂਰੀ ਲਿਆਓ ਮੇਰਾ ਬਾਈ, ਫਿਲਮ ਦਾ ਦਾਂਡ ਹੈ, ਹੁਣ ਜੇ ਇੱਥੇ ਮਸ਼ਹੂਰੀ ਵੜ ਗਈ ਫਿਰ ਸਵਾਦ ਨਹੀਂ ਆਉਣਾ। ਲਓ ਵਿੱਕੀ ਕਹਿੰਦੇ ਭਾਗਲ ਵਾਲਾ ਫੇਰ ਖੇਡਦੇ ਮੈਦਾਨ ਵਿੱਚ ਵਧਿਆ ਹੋਇਆ, ਇੱਥੇ ਆ ਹੂਟਰ ਵਾਲਿਆ ਪੈਂਦੀ ਰੇਟ ਦੇ ਚਾਰ ਜਾਫੀ, ਮੈਂ ਵੀ ਸੀਪਿਆ ਬੱਗੂ ਵਾਲੀ ਪਿੰਡ ਆ, ਜੇ ਅੱਜ ਨਾ ਗੱਲਾਂ ਟਿਕਾਣੇ ਲਾਈਆਂ ਫਿਰ ਲਾਏਗਾ ਕਦੋਂ। ਜਾਦੂ ਕਹਿੰਦੇ ਖੀਵੇ ਵਾਲਾ ਅਗਲੀ ਰੇਟ ਪਾਉਣ ਲਈ ਚਾਰ ਵਾਰ ਤਿਆਰ ਹੈ, ਕਿ ਅਸੀਂ ਉੱਡੇ ਵੀ ਬਥੇਰੇ ਤੇ ਉਡਾਏ ਵੀ ਬਥੇਰੇ, ਪਾਣੀ ਪੁਲਾ ਥੱਲੋਂ ਦੀ ਲੰਘਾਏ ਵੀ ਬਥੇਰੇ, ਪਰ ਸੋਚਿਆ ਨੀ ਕਿਸੇ ਨੂੰ ਦਬਾਉਣ ਨੂੰ, ਜੱਟ ਫੇਰ ਹੈ ਤਿਆਰ ਖੁੱਤੀ ਪਾਉਣ ਨੂੰ। ਆਓ ਜੱਟ ਫੇਰ ਹੈ ਤਿਆਰ ਖੁੱਤੀ ਪਾਉਣ ਨੂੰ, ਗੱਲ ਪੱਕੀ ਹੈ। ਮੇਰਾ ਯਾਰ ਕਹਿੰਦੇ ਸਾਡੇ ਵਾਲਾ ਕਹਿੰਦੇ ਸਿਰਾ ਕਰਵਾਈ ਜਾਂਦਾ ਹੈ। ਲਓ ਪੈਂਦੀ ਆ ਕਬੱਡੀ ਅੱਗੇ ਚਾਰ ਜਾਫੀ, ਇੱਕ ਨੀ ਤੇ ਸਿੱਪਾ ਪ੍ਰੀਤ, ਆਓ ਬੱਲੇ ਬੱਲੇ ਹਲਕਾ ਟੱਚ, ਨੰਬਰ ਰੇਡਰ ਦੇ ਖਾਤੇ ਵਿੱਚ ਜੁੜਦਾ ਹੋਇਆ ਕਿ ਸਾਡੇ ਨਾਲ ਕਰੇ ਕੋਈ ਚਲਾਕੀ, ਸਾਥੋਂ ਜਰਿਆ ਨਹੀਂ ਜਾਂਦਾ। ਵੀਰੇ ਤੂੰ ਬੋਲ ਪਹਿਲਾਂ। ਇੱਧਰ ਸੁਖਰਾਜ ਚਹਿਲ ਕਹਿੰਦਾ ਜੀ ਸੀਪਾ ਜੱਫਾ ਲਾਉਂਦਾ ਤਾਂ 500 ਰੁਪਇਆ ਮੇਰੇ ਵੱਲੋਂ, ਤੇ ਤਰਨਪਾਲ ਤੇ ਸੋਨੀ ਕਹਿੰਦੇ ਆ ਜੇ ਬੱਗੂ ਵਾਲੀ ਦੀ ਟੀਮ ਜਿੱਤਦੀ ਆ ਤਾਂ 500 ਰੁਪਇਆ ਦਾ ਦੋਨੇ ਵੀਰਾਂ ਵੱਲੋਂ ਦਿੱਤਾ ਜਾਊਗਾ ਜੀ। ਕੋ ਸਾਹਿਬ ਤੁਸੀਂ ਵੀ ਮਾੜਾ ਨੇੜੇ ਹੋ ਲਿਆ ਕਰੋ, ਬੱਛੂਆਂ ਨੇ ਪਿੰਡ ਦੇ ਖੁਸ਼ੀ ਨੂੰ ਟੱਚ ਕੀਤਾ, ਕਹਿੰਦੇ ਖੀਵੇ ਵਾਲਾ ਜਾਦੂ ਇੱਕ ਤਕੜਾ ਨੰਬਰ ਜੁੜ ਗਿਆ। ਆ ਫੋਲਸ ਵਾਲਾ ਬਾਬਲੀ ਆ ਗਿਆ ਪ੍ਰਦੀਪ ਜੀ, ਹੁਣ ਧਿਆਨ ਤੁਸੀਂ ਰੱਖਿਓ ਮੈਂ ਕਈ ਵਾਰ ਬੋਲਣਾ, ਤੇ ਜਾਫੀ ਚਾਰ ਬੱਗੂ ਵਾਲੇ ਪਿੰਡ ਦੀ ਧਰਤੀ ਹੈ, ਇੱਕ ਕਰੀ ਦਿਆ ਸੀਪ ਹੈ। ਅੱਜ 11,000 ਜਿੱਤ ਤੂੰ ਫਿਰਦਾ, ਉਹ ਬੱਗੂ ਵਾਲੀ ਵਾਲੇ ਜੱਫਾ ਕਿੱਦਾਂ ਲੱਗਿਆ ਫੇਰ ਵੱਡਾ ਸਾਰਾ ਬੱਗੂ ਵਾਲੀ ਪਿੰਡ ਦੇ ਵਿੱਚ ਐਨ ਕਹਿੰਦੇ ਮੇਰੇ ਵੀਰੇ ਰੌਣਕਾਂ ਲੱਗੀਆਂ ਪਈਆਂ, ਰੌਣਕਾਂ ਲੱਗੀਆਂ ਪਈਆਂ, ਮੇਲਾ ਜਿਹੜਾ ਬਣ ਚੁੱਕਾ। ਆਓ ਪੈਂਦੀ ਆ ਰੇਡ ਕੌਡੀ ਦੇ ਮੈਦਾਨ ਅੰਦਰ, ਆਓ ਮੇਰੇ ਵੀਰੇ ਜਾਦੂ ਖੀਵੇ ਪਿੰਡ ਵਾਲਾ, ਇਹ ਲੱਗਦਾ ਜ਼ੋਰ, ਬੱਲੇ ਬੱਲੇ ਹਟ ਜਾ ਪਾਸੇ। ਆਓ ਕਹਿੰਦੇ ਮੇਰੇ ਵੀਰੇ ਨੰਬਰ ਰੇਡਰ ਦੇ ਖਾਤੇ ਵਿੱਚ ਜੁੜਦਾ ਹੋਇਆ, ਜੱਜੂ ਤੇ ਟੱਚ ਹੈ, ਚੱਲ ਗੱਭਰੂਆ ਪਾ ਕਬੱਡੀ ਨੌਜਵਾਨਾਂ। ਇਧਰਲੇ ਪਾਸੇ ਮੇਰੇ ਵੀਰੇ ਫੋਲਸ ਪਿੰਡ ਵਾਲਾ, ਆਓ ਪੈਂਦੀ ਹੋਈ ਕਬੱਡੀ ਹੈ। ਆਓ ਚਾਰ ਜਾਫੀ ਕਹਿੰਦੇ ਬੱਗੂਆਣੀ ਪਿੰਡ ਦੇ ਚਾਰ ਵਾਰ ਤਿਆਰ ਆ, ਫੋਲਡ ਵਾਲੇ ਬਬਲੀ ਦੀ ਰੇਡ ਪੈਂਦੀ ਹੈ, ਪਹਿਲਾਂ ਸੀਪੇ ਨੇ ਤਕੜਾ ਜਫਾ ਲਾਇਆ। ਆਓ ਸਾਹਮਣੇ ਇਹ ਕਹਿੰਦਾ ਹੱਥ ਜੋੜਦੀ ਰਹਿੰਦੀ ਸੀ ਮੇਰੀ ਵੀ ਕਿਹੜਾ ਮਰਦਾ ਸੀ, ਗੱਲੀ ਬਾਤੀ ਜਣੇ ਖਣੇ ਦੀ ਆਕੜ ਰਹਿੰਦਾ ਭਰਦਾ ਸੀ, ਸਿੱਟ ਲਿਆ ਬਗਾਨਿਆ ਪੁੱਤਾਂ ਨੇ ਸੀ, ਹਰ ਇੱਕ ਦੇ ਨਾਲ ਲੜਦਾ ਕੁੱਟ ਕੁੱਟ ਕੇ ਚੱਬਾ ਕਰਦਾ ਨੀ ਭਈਆਂ ਦੀ ਪਤੀਲੀ ਵਰਗਾ, ਉਹ ਕੁੱਟ ਕੁੱਟ ਕੇ ਚੱਬਾ ਕਰਦਾ ਨੀ ਭਈਆਂ ਦੀ ਪਤੀਲੀ ਵਰਗਾ, ਗੱਲ ਪੱਕੀ ਹੈ। ਉਧਰਲੇ ਪਾਸੇ ਹੋਏ ਬੱਗੂ ਵਾਲੀ ਵਾਲੇ ਆਉਂਦਾ ਨਜ਼ਾਰਾ ਕੇ ਨਾ, ਮੇਲਾ ਕਹਿੰਦੇ ਸਾਸੇ ਜ਼ਿਲ੍ਹੇ ਦਾ ਖੇਡਿਆ ਜਾ ਰਿਹਾ ਹੈ। ਬੱਗੂਆਣੀ ਪਿੰਡ ਦੀ ਧਰਤੀ ਹੈ, 61,000 ਪਹਿਲਾਂ ਤੇ 51,000 ਦੂਜਾ, ਵੈਟਾਂ ਨੂੰ ਅੱਜ ਕਹਿੰਦੇ 11,000 ਦਿੱਤਾ ਜਾਣਾ ਹੈ। ਆ ਬਠਿੰਡੇ ਦਾ ਬਠਿੰਡਵੀ, ਬਠਿੰਡੇ ਦਾ ਬਠਿੰਡਵੀ, ਇਹ ਬਠਿੰਡਵੀ ਬਠਿੰਡਵੀ, ਇਹ ਹਿੰਦਾ ਬੱਲੇ, ਇਹ ਰਾਜੂ ਦਾ ਮੁੰਡਾ ਬਠਿੰਡੇ ਦਾ ਬਠਿੰਡਵੀ, ਤੇ ਮੈਨੂੰ ਕਹਿੰਦਾ ਹਾਏ ਡਿਸਕੋ, ਮੈਨੂੰ ਕਹਿੰਦਾ ਹਾਏ ਡਿਸਕੋ, ਓਏ ਮੈਨੂੰ ਕਹਿੰਦਾ
ਕਹਿੰਦਾ ਹਾਏ ਡਿਸਕੋ, ਆਓ ਕਹਿੰਦੇ ਬਠਿੰਡੇ ਵਾਲਾ ਬਠਿੰਡੇ ਵਾਲੇ ਨੂੰ ਕਹਿੰਦਾ ਹਾਏ ਡਿਸਕੋ। ਆਓ ਪੈਂਦੀ ਕਬੱਡੀ ਉਧਰਲੇ ਪਾਸੇ ਦੇਖਦੇ ਆ, ਉਧਰ ਸਰਦਾਰ ਗੁਰਦਾਸ ਸਿੰਘ ਜੀ ਚਹਿਲ ਸਾਹਿਬ ਕਹਿ ਰਹੇ ਆ ਕਿ ਬੱਗੂ ਵਾਲੇ ਦੀ ਟੀਮ ਨੂੰ 500 ਰੁਪਏ ਦਿੱਤਾ ਜਾਣਾ ਜੇਕਰ ਟੀਮ ਜਿੱਤਦੀ ਤਾਂ। ਬਹੁਤ ਬਹੁਤ ਧੰਨਵਾਦ ਹੈ ਚਹਿਲ ਸਾਹਿਬ ਜੀ ਤੁਹਾਡਾ, ਕਿਉਂਕਿ ਜੇ ਟੀਮ ਜਿੱਤਦੀ ਹੈ ਤਾਂ 500 ਰੁਪਇਆ ਬੱਗੂ ਵਾਲੇ ਦੀ ਟੀਮ ਨੂੰ। ਬਹੁਤ ਬਹੁਤ ਧੰਨਵਾਦ। ਆ ਜਾ ਉੱਥੇ ਲਓ ਸਾਹਮਣੇ ਫੋਲਡ ਵਾਲਾ ਬਾਬਲੀ ਫੇਰ ਰੇਡ ਪੰਦ ਨਹੀਂ ਬੰਨਿਆ ਹੋਇਆ ਸੀ ਪਿਆ, ਕਹਿ ਪ੍ਰਮੀਤ ਨੂੰ ਜਾਂ ਕਹਿੰਦੇ ਪ੍ਰਦੀਪ ਨੂੰ ਜਾਂ ਚੱਕ ਕਹਿੰਦੇ ਵੇ ਬਾਲਿਆਂ ਵਾਲੀ ਪਿੰਡ ਦਾ ਅਮਰੀਕ, ਪਰ ਸੀਪਾ ਟਰਾਈ ਕਰਦਾ ਲੈ ਵੀ ਸੀਪਿਆ ਤਕੜਾ ਹੋ ਥਾਂਦੇ ਵਾਲੀਆ ਬੜੀ ਤਕੜੀ ਖੇਡਦਾ ਯਾਰੀ, ਕਹਿੰਦੇ ਸੂਰੇ ਵਾਲੀ ਗਗਨ ਦੇ ਨਾਲ ਹੈ। ਅੱਜ ਕਹਿੰਦੇ ਮੁੰਡਿਆਂ ਨੇ ਮੇਲਾ ਬਣਾਤਾ, ਅੱਜ ਕਹਿੰਦੇ ਮੁੰਡਿਆਂ ਨੇ ਗੱਲਾਂ ਟਿਕਾਣੇ ਲੈ ਦਿੱਤੀਆਂ। ਉਧਰ ਬਿੰਦਰ ਸਾਡਾ ਵੀਰ ਰਿੰਕੂ ਸਰਪੰਚ ਦਾ ਭਰਾ ਜਿਹੜਾ ਕਹਿੰਦੇ ਬੱਗਵਾਣੀ ਦੀ ਟੀਮ ਦੇ ਲਈ 100 ਦੇ ਮਾਨ ਕਰ ਗਿਆ, ਬਹੁਤ ਧੰਨਵਾਦ ਹੈ ਕੁਲਦੀਪ ਸਰਦੂਲੇ ਵਾਲੇ ਪਿੰਡ ਦਾ। ਇੱਕ ਪਾਸੇ ਰੱਤੇ ਥੇ ਦੀ ਟੀਮ ਹੈ ਜਾਂ ਫਿਰ ਚਾਰ ਪ੍ਰਦੀਪ ਜੀ ਆ ਮੁੰਡਾ ਜੰਜੂ ਹੈ ਇਹਦਾ ਰੱਤਾ ਥੇ ਪਿੰਡ ਹੈ ਜੰਜੂਏ ਵਾਲਾ ਟਰਾਈ ਕਰਦਾ, ਪਰ ਸਰਦੂਲੇ ਵਾਲੀ ਆ ਰਾਜੂ ਤਕੜਾ ਨੰਬਰ ਜੋੜ ਗਿਆ। ਲਓ ਫਿਰ ਪੈਂਦੀ ਆ ਰੇਡ ਮੇਰੇ ਵੀਰਿਓ, ਚੱਲ ਗੱਭਰੂ ਆਪਾਂ ਕਬੱਡੀ ਨੌਜਵਾਨ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ। ਦਰਸ਼ਕ ਵੀਰ ਕਹਿੰਦੇ ਪੰਪਾਂ ਦੇ ਭਾਰ ਹੋਏ ਫਿਰਦੇ ਆ, ਦਰਸ਼ਕ ਵੀਰ ਕਹਿੰਦੇ ਪੰਪਾਂ ਦੇ ਭਾਰ ਸੀ ਪਿਆ। ਉਧਰਲੇ ਪਾਸੇ ਬੱਲੇ 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 ਅਮਰੀਕ ਸਿੰਘ ਬਾਲਿਆਂ ਵਾਲੀ ਵਾਲਾ ਡੱਕਣ ਦੀ ਕੋਸ਼ਿਸ਼ ਕਰਦਾ ਹੈ, ਪਰ ਨੰਬਰ ਇਸ ਵੇਲੇ ਰੇਡਰ ਦੇ ਖਾਤੇ ਵਿੱਚ ਜੁੜਦਾ ਹੋਇਆ। ਲੈ ਫਿਰ ਸਤਨਾਮ ਕਰੀ ਗੱਲ ਨੌਜਵਾਨ। ਲਓ ਸਾਹਮਣੇ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਬਾਬੇ ਜੋਗੀ ਪੀਰ ਦੀ ਵੱਡੀ ਪਾਰ ਕਿਰਪਾ, ਮੁੰਡਾ ਚਹਿਣਾ ਦਾ ਕਹਿੰਦੇ ਖੀਵੇ ਵਾਲਾ ਜਾਦੂ ਰੇਡ ਪਾ ਰਿਹਾ, ਇੱਕ ਕੰਨੀ ਤੇ ਕਹਿੰਦੇ ਬਸ਼ੂ ਵਾਲਾ ਪਿੰਡ ਬਾਬੇ ਥੰਮਣ ਸ਼ਾਹ ਦੀ ਧਰਤੀ। ਆ ਪ੍ਰਦੀਪ ਜੀ ਖੁਸ਼ੀ ਹੈ ਇਹਦਾ ਬਸ਼ੂ ਵਾਲਾ ਪਿੰਡ ਹੈ, ਮੁੰਡਾ ਪੀਵੀ ਕੱਤੀ ਵਾਲਾ ਮਾਨਸੇ ਵਾਲਾ ਲਾਊ ਗੱਲ ਟਿਕਾਣੇ ਕਿ ਨਹੀਂ। ਇਹ ਮੁੰਡਾ ਕਹਿੰਦੇ ਇਹਦਾ ਬਾਲਾ ਪੇਤੀ ਹੈ, ਇਹ ਕਹਿੰਦੇ ਇੱਕੋ ਲਾਗੇ ਦੇ, ਇਹ ਕਹਿੰਦੇ ਇੱਕੋ ਜ਼ਿਲ੍ਹੇ ਦੇ ਮੁੰਡੇ ਖੇਡਦੇ ਹੈ, ਪਰ ਕਹਿੰਦੇ ਖੀਵੇ ਵਾਲਾ ਤਕੜਾ ਨੰਬਰ ਜੋੜ ਗਿਆ। ਅੱਜ ਕਹਿੰਦੇ 11,000 ਜਿੱਤਣ ਨੂੰ ਫਿਰਦਾ ਹੈ। ਫੋਲਡ ਵਾਲਾ ਬਾਬਲੀ ਫੇਰ ਅਗਲੀ ਉਡਾਨ ਭਰਨ ਦੇ ਲਈ ਵਧਿਆ ਹੋਇਆ, ਚਾਰ ਜਾਫੀ ਹੈ ਲੈ ਵੀ ਸਿਪਿਆ। ਪਿੰਡ ਵਾਲਿਆਂ ਨੇ ਆਖਿਆ ਵੀ ਡਾਕਟਰ ਨੇ ਵੀ ਸਿਪਾ ਸਿਪਾ ਲਾਈ ਰੱਖੀ ਹੈ, ਤੂੰ ਇੱਕੋ ਹੀ ਲਾ ਦੇ ਤੇ ਇੱਕ ਨਾਲੀ ਗੱਲਾਂ ਟਿਕਾਣੇ ਲੱਗ ਜਾਣੀਆਂ। ਜਾਂ ਕਹਿ ਪਰਮੀਤੇ ਨੂੰ ਏ ਸਿਪਾ ਸਿਪਾ ਸਿਪਾ, ਏ ਬੱਲੇ 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 ਬੱਲੇ, ਕਬੱਡੀ 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 ਬੱਲੇ, ਜਿਹੜੇ ਪਾਣੀਆਂ ਚ ਲੋਕ ਲਾਉਂਦੇ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਏ ਐ। ਆਓ ਸਰਕੰਡ ਮੇ ਰਿਕਾਰਡ ਰਾਜੂ ਕਹਿੰਦਾ ਪੈਦਾ ਕੀਤੇ ਹੋਏ ਐ। ਲਾਓ ਸਰਕੰਡ ਮੇ ਰਿਕਾਰਡ ਪੈਦਾ ਕੀਤੇ ਹੋਏ ਐ। ਫਾਈਨਲ ਮੁਕਾਬਲਾ ਹੈ, ਇੱਕ ਵਾਰ ਦੋਨਾਂ ਟੀਮਾਂ ਦੇ ਨਾਮ ਦੀ ਤਾੜੀ ਵੱਡੀ ਸਾਰੀ। ਫਾਈਨਲ ਖੇਡਿਆ ਜਾ ਰਿਹਾ, ਕਹਿੰਦੇ ਮੇਰੇ ਮਿੱਤਰੋ 10:34 ਹੋ ਗਏ, ਥੋੜਾ ਮੈਚ ਬਾਕੀ ਹੈ। ਪੈਂਦੀ ਰੇਡ ਦੇ ਜਾਫੀ ਚਾਰ, ਇੱਕ ਪਾਸੇ ਰੱਤਾ ਥੇ ਪਿੰਡ ਕਹਿੰਦੇ ਢਵਾਣੇ ਦੀ ਬੁੱਕਲ ਦੇ ਵਿੱਚ ਵਸਿਆ ਹੈ, ਫਤਿਹਾਬਾਦ ਜ਼ਿਲ੍ਹੇ ਨੂੰ ਬਿਲੋਂਗ ਕਰਦੀ ਧਰਤੀ। ਜਾਫੀ ਚਾਰ ਮੰਨੇ ਪ੍ਰਵੰਨੇ ਖੁਸ਼ੀ ਵਰਗੇ, ਆ ਕਹਿੰਦੇ ਜੰਜੂਆ, ਆ ਕਹਿੰਦੇ ਸਾਜਲੀ ਦੇ ਕਬੱਡੀ ਕੱਪ ਦਾ ਸੋਫੇ ਸਕਦਾ ਜੇਤੂ ਖਿਡਾਰੀ। ਇੱਕ ਪਾਸੇ ਖੀਵੇ ਵਾਲਾ, ਪਰ ਦੂਜੇ ਪਾਸੇ ਜੰਜੂਆ ਕਰਾਊ ਤਸੱਲੀ, ਤੇ ਖੀਵੇ ਵਾਲਾ ਉਹ ਯਾਦੂ ਭੱਜਿਆ, ਇੱਕ ਤਕੜਾ ਨੰਬਰ ਜੋੜ ਗਿਆ। ਮੈਂ ਸਮਾਪਤ ਲਵੀ ਰਘਵੀਰ ਆ, ਉਹ ਦੱਸੀਏ ਕਿਹੜੀ ਟੀਮ ਦੇ ਕਿੰਨੇ ਨੰਬਰ ਤੇ ਕੌਣ ਅੱਜ ਬੈਟ ਬਣ ਗਿਆ। ਆ 100 ਰੁਪਇਆ ਬਿੰਦਰ ਨੇ ਦਿੱਤਾ, ਇਹ ਟੀਮ ਲੈ ਜਾਓ ਜੀ ਮੇਰੇ ਤੋਂ। ਜਿਹੜੇ 14.5 ਨੰਬਰ ਨੇ ਉਹ ਬੱਗੂ ਵਾਲੀ ਦੇ, ਤੇ 9 ਨੰਬਰ ਰਹਿ ਗਏ ਰੱਤੇ ਸੇਰੇ। ਬੱਗੂ ਵਾਲੀ ਟੀਮ ਅੱਜ ਫਾਲਟਾ ਕੰਡਾਰੀ ਜਾਂਦੇ ਜਾਂਦੇ ਸੋਨੇ
ਬਹੁਤ ਬਹੁਤ ਧੰਨਵਾਦ। ਅੱਜ ਦੀ ਤਰੀਕ ਦਾ ਜਿਹੜਾ ਬੈਟ ਜਾਫੀ ਹੈ ਤਿੰਨ ਟੱਚ ਤੇ ਇੱਕ ਜੱਫਾ ਲਾ ਕੇ ਬਾਣਿਆਂ ਵਾਲੀ ਪਿੰਡ ਦਾ ਅਮਰੀਕ ਤੇ ਨਾਲ ਸੀਪਾ ਬੇਗੂਆਣੀ ਪਿੰਡ ਦਾ ਕਟਾਰੀ ਜ਼ੋਰਦਾਰ ਮਾਰਦਾ ਮੇਰਾ ਵੀਰ ਤੇ ਬੈਟ ਰੇਡਰ ਖੀਵੇ ਵਾਲੇ ਝੋਟੇ ਨੇ ਅੱਠ ਕਬੱਡੀਆਂ ਪਾ ਕੇ ਅੱਠੇ ਨੰਬਰ ਪ੍ਰਾਪਤ ਕੀਤੇ ਆ ਯਾਦੂ ਖੀਵੇ ਵਾਲਾ। ਅੱਜ ਦੀ ਤਰੀਕ ਦਾ ਬੈਟ ਰੇਡਰ ਹੈ ਗਿਆਰਾਂ ਗਿਆਰਾਂ ਹਜ਼ਾਰ ਜਿੱਤ ਕੇ ਲੈ ਜੀ ਸੀਪੇ ਆ ਕਿਹੜੇ ਪਾਸੇ ਹੈ ਆ ਇੱਕ ਸੌ ਤੁਹਾਡਾ ਬਿੰਦਰ ਨੇ ਮਾਣ ਕੀਤਾ ਲੈ ਜੀ ਸੁਣਿਆ ਇੱਕ ਸੌ ਦਾ ਸਤਿਕਾਰ ਬਿੰਦਰ ਨੇ ਪੂਰਾ ਕੀਤਾ।